ਚਲਾ 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 ਭਾਜੀ ਇੱਕ ਮਿੰਟ ਮਾਰਾ ਸਾਰਿਆਂ ਨੂੰ ਜੈ ਭੀਮ, ਜੈ ਸੰਵਿਧਾਨ। ਮੇਰਾ ਨਾਮ ਸਿਮਰਨਜੀਤ ਕੌਰ ਆ। ਮੈਂ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ, ਮਹਿਲਾ ਵਿੰਗ ਪੰਜਾਬ ਪ੍ਰਧਾਨ। ਜਿੱਦਾਂ ਕਿ ਕੁਛ ਦਿਨਾਂ ਤੋਂ ਬਹੁਤ ਮੁੱਦਾ ਗੰਭੀਰ ਚੱਲਦਾ ਪਿਆ, ਇੱਕ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ, ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ। ਅਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕਿ ਤੀਰਥ ਆਣ ਕੇ ਮੱਥਾ ਟੇਕੇ ਔਰ ਆਪਣੀ ਜੋ ਕਿ ਗਲਤੀ ਆ ਉਹ ਰਿਲੀਜ਼ ਕਰੇ, ਜੋ ਕਿ ਇਸ ਭੈਣ ਨੇ ਹੁਣ ਰਿਲੀਜ਼ ਕੀਤੀ ਆ। ਮਾਨ ਜੋ ਕੋਰਟ ਦੇ ਵਿੱਚ ਆਈ ਆ, ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂੰ। ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ। ਮੈਂ ਉਹਨੂੰ ਸ਼ਬਦਾਵਲੀ ਨਹੀਂ ਗਲਤ ਵਰਤਾਂਗੀ, ਤੁਹਾਡੀ ਭੈਣ ਆ, ਸਾਡੇ ਸਮਾਜ ਦੀ ਹੈ। ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ, ਧੀਆਂ ਦੀ ਕੋਈ ਜਾਤ ਨਹੀਂ ਹੁੰਦੀ। ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਸੰਤ ਮਲਕੀਨਾਥ ਜੀ ਦੇ ਸਤਿਗੁਰਾਂ ਦੇ ਆਣ ਕੇ ਚਰਨਾਂ ਦੇ ਵਿੱਚ ਪੈਣ, ਮੱਥਾ ਟੇਕਣ, ਅਤੇ ਅਸੀਂ ਸ਼ਮਾ ਕਰ ਦੇਵਾਂਗੇ। ਪ੍ਰਭਜੋਤ, ਡਾਕਟਰ ਪ੍ਰਭਜੋਤ। ਪਤਾ ਲੱਗਾ ਕਿ ਨਾ ਅੰਦਰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੂੰ? ਜੀ ਨਹੀਂ ਜੀ, ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ। ਜੱਜ ਦੇ ਕਮਰੇ 'ਚ ਪਿਛਲੇ ਰੂਮ 'ਚ ਲਿਖਿਆ ਗਿਆ ਸਾਰਾ ਕੁਝ ਸਰ? ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ। ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਣੀਆਂ ਸੁਣਾਈਆਂ ਗੱਲਾਂ ਤੇ ਨਹੀਂ। ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ। ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ, ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ। ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ, ਕਿਉਂਕਿ ਉਹ ਮਦਈ ਸੀਗੇ, ਸੋਰੀ ਮੁਜਰਮ ਸੀਗੇ ਤੇ ਮੈਂ ਮਦਈ ਸੀਗੀ। ਉਸੇ ਕੈਟਾਗਰੀ 'ਚ ਮੈਂ ਖੜੀ ਹਾਂ ਤੇ ਉਸੇ 'ਚ ਉਹ ਖੜੇ ਆ, ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪਿਵਾਵਾਂਗੇ ਤੇ ਮਦਈ ਜਿਹੜੇ ਉਹ ਬਾਹਰ ਖੜੇ ਹੋਣਗੇ। ਮੇਰਾ ਨਾਮ ਧਰੁਵ ਜੇਤਲੀ ਹੈ, ਠੀਕ ਹੈ। ਇੱਕ FIR ਦਰਜ ਹੋਈ ਸੀ 20/9/2023 ਨੂੰ ਅਗੇਂਸਟ ਨੀਰੂ ਬਾਜਵਾ, ਉਹਦੇ ਪ੍ਰਤਾਪ ਸਿੰਘ ਅਤੇ ਨਾਲ ਦੀ ਨਾਲ ਜਗਦੀਪ ਵੜਿੰਗ ਦੇ ਉੱਤੇ, ਠੀਕ ਹੈ, ਜੋ ਕਿ ਬੂਹੇ ਬਾਰੀਆਂ ਦੇ ਪ੍ਰੋਡਿਊਸਰ, ਰਾਈਟਰ ਅਤੇ ਡਾਇਰੈਕਟਰ ਆ, ਠੀਕ ਹੈ। ਅਤੇ ਉਹ FIR ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ, ਅਤੇ ਹੁਣ ਉਸ FIR ਦੇ ਵਿੱਚ ਅੱਜ ਤਰੀਕ ਸੀ, ਜੋ ਕਿ ਨੀਰੂ ਬਾਜਵਾ ਜੀ ਆਏ ਆ, ਨਾਲ ਡਾਇਰੈਕਟਰ ਅਤੇ ਰਾਈਟਰ ਆਏ ਆ। ਇਹਨਾਂ ਦੀ ਮੰਗ ਸੀ ਕਿ ਵਾਲਮੀਕਿ ਤੀਰਥ 'ਤੇ ਜਾ ਕੇ ਨਤਮਸਤਕ ਹੋਣ। ਡਾਇਰੈਕਟਰ ਅਤੇ ਰਾਈਟਰ ਨਤਮਸਤਕ ਹੋ ਚੁੱਕੇ ਆ, ਨੀਰੂ ਬਾਜਵਾ ਮੈਮ ਰਹਿੰਦੇ ਆ, ਅਤੇ ਉਹ ਹੋਣਗੇ ਅਤੇ ਉਸ ਤੋਂ ਬਾਅਦ ਫੈਸਲਾ ਆਏਗਾ। ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ, ਅਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ, ਅੱਜ ਨੋਰਮਲ ਤਰੀਕ। ਜੀ ਜੀ, ਉਹ ਸੈਟਿਸਫਾਈ ਆ ਜੀ। ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਆ ਕਿ ਤੁਸੀਂ ਪੇਸ਼ ਹੋਵੋ, ਉੱਥੇ ਨਤਮਸਤਕ ਹੋਵੋ, ਅਤੇ ਨਾਲ ਦੀ ਨਾਲ ਦੋਨੋਂ ਪਾਰਟੀਜ਼ ਸੈਟਿਸਫਾਈਡ ਆ। ਅਤੇ ਇੰਨਾ ਕੀ ਇਹ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ, ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ? ਨਹੀਂ ਸਰ, ਹਜੇ ਸ਼ਾਮੀ ਪਤਾ ਲੱਗੇਗਾ। ਨੀਰੂ ਬਾਜਵਾ ਆਈ ਸੀ ਬੂਹੇ ਬਾਰੀਆਂ ਦੇ ਸਮਾਨ ਫਿਲਮ ਦੇ, ਅੱਗੋਂ ਬਿਆਨ ਅੰਦਰ ਹੋਏ ਨੇ, ਕਿਹੜੀ ਤਰੀਕ ਮਿਲੀ ਇਹ ਸਾਨੂੰ ਕੁਛ? ਠੀਕ ਹੈ।